28 ਸਾਲਾ ਦਵਿੰਦਰ ਸਿੰਘ ਜੋ ਕਿ ਇੱਕ ਬਦਲਿਆ ਨਾਮ ਹੈ ਉਹ 2012 ਵਿੱਚ ਨਿਊਜ਼ੀਲੈਂਡ ਸਟੱਡੀ ਵੀਜ਼ੇ ਤੇ ਆਇਆ ਸੀ ਅਤੇ ਉਸ ਤੋਂ ਬਾਅਦ ਇੰਪਲੋਇਰ ਅਸਿਸਟਡ ਵਰਕ ਵੀਜ਼ਾ ਤੇ ਸਟੱਡੀ ਵੀਜ਼ਾ ਰਾਹੀਂ ਆਪਣਾ ਵੀਜ਼ਾ ਵਧਾਉਂਦਾ ਰਿਹਾ ਪਰ ਬੀਤੇ ਸਾਲ ਮਈ ਵਿੱਚ ਉਸ ਦਾ ਕੁੱਕ ਆਈਲੈਂਡ ਦੀ ਮਾਉਰੀ ਮੂਲ ਦੀ ਕੁੜੀ ਨਾਲ ਪਿਆਰ ਪੈ ਗਿਆ ਜੋ ਕਿ ਨਿਊਜ਼ੀਲੈਂਡ ਦੀ ਪੱਕੀ ਰਿਹਾਇਸ਼ੀ ਸੀ ਅਤੇ ਦਵਿੰਦਰ ਨੇ ਪਾਰਟਨਰਸ਼ਿਪ ਵੀਜ਼ਾ ਦੀ ਫਾਈਲ ਆ ਦਿੱਤੀ ਪਰ ਜਨਵਰੀ ਵਿੱਚ ਜਦੋਂ ਦੋਨਾਂ ਦੀ ਇੰਟਰਵਿਊ ਹੋਈ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੋਨਾਂ ਦਾ ਰਿਸ਼ਤਾ ਜਾਇਜ਼ ਨਾ ਲੱਗਿਆ ਦਵਿੰਦਰ ਦੀ ਫਾਈਲ ਰੱਦ ਕਰ ਦਿੱਤੀ ਗਈ ਦਵਿੰਦਰ ਇਸ ਮਾਮਲੇ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਕੋਲ ਲੈ ਕੇ ਗਿਆ ਪਰ ਹੁਣ ਟ੍ਰਿਬਿਊਨਲ ਵੱਲੋਂ ਵੀ ਦਵਿੰਦਰ ਦੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ 28 ਦਿਨਾਂ ਵਿੱਚ ਨਿਊਜ਼ੀਲੈਂਡ ਛੱਡਣ ਲਈ ਕਿਹਾ ਗਿਆ ਹੈ ਟ੍ਰਿਬਿਊਨਲ ਨੇ ਆਪਣੀ ਬਿਆਨਬਾਜ਼ੀ ਵਿੱਚ ਦੱਸਿਆ ਹੈ ਕਿ ਦਵਿੰਦਰ ਨੇ ਆਪਣੀਆਂ ਵੀਜ਼ਾ ਕੰਡੀਸ਼ਨਾਂ ਨੂੰ ਅਣਗੌਲਿਆ ਕਰਦਿਆਂ ਊਬਰ ਡਰਾਈਵਰ ਵਜੋਂ ਕੰਮ ਕੀਤਾ ਅਤੇ ਦਵਿੰਦਰ ਨੇ ਇਹ ਵੀ ਮੰਨਿਆ ਕਿ ਮਨੋਰੰਜਨ ਲਈ ਉਸ ਨੇ ਸੈਕਸ ਵਰਕਰਾਂ ਨੂੰ ਟੈਕਸਟ ਮੈਸੇਜ ਵੀ ਭੇਜੇ ਅਤੇ ਟ੍ਰਿਬਿਊਨਲ ਦੀ ਨਜ਼ਰ ਵਿੱਚ ਰਿਲੇਸ਼ਨਸ਼ਿਪ ਵਿੱਚ ਅਜਿਹਾ ਕੀਤੇ ਜਾਣਾ ਸਰਾਸਰ ਗਲਤ ਹੈ ਹਾਲਾਂਕਿ ਉਕਤ ਜੋੜੇ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਹੈ ਅਤੇ ਇਹੀ ਗੱਲਾਂ ਇਹਨਾਂ ਦੇ ਕੇਸ ਵਿੱਚ ਸ਼ੱਕ ਦਾ ਕਾਰਨ ਵੀ ਬਣੀ ਜਿਸ ਕਰਕੇ ਦਵਿੰਦਰ ਦਾ ਹੁਣ ਨਿਊਜ਼ੀਲੈਂਡ ਤੋਂ ਵਾਪਸ ਜਾਣਾ ਤੈਅ ਹੈ ਬਿਊਰੋ ਰਿਪੋਰਟ ਅਨਖੀਲਾ ਪੰਜਾਬ ਟੀਵੀ